ਪੰਜਾਬ ਦੇ ਵਿੱਚ ਇੱਕ ਵਾਰ ਫੇਰ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਹੈ ਹਾਲਾਂਕਿ ਘਟਨਾ ਨਵੰਬਰ ਦੇ ਵਿੱਚ ਵਾਪਰੀ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਗ੍ਰੰਥੀ ਸਿੰਘ ਨੂੰ ਹੀ ਕਾਬੂ ਕਰ ਲਿਆ ਗਿਆ ਹੈ ਦਰਅਸਲ ਟਾਂਡਾ ਦਾ ਪਿੰਡ ਹੈ ਭੂਲਪੁਰ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਹੈ 14 ਅੰਗ ਜਿਹੜੇ ਨੇ ਉਹ ਫਾੜੇ ਗਏ ਨੇ ਤਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਟਾਂਡਾ ਉੜਮੜ ਦਾ ਬੇਟ ਏਰੀਏ ਦਾ ਪਿੰਡ ਭੂਲਪੁਰ ਹੈ ਦੱਸਦੀ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਹੀ 4 ਤੋਂ 6 ਨਵੰਬਰ ਤੱਕ ਇੱਕ ਵਿਅਕਤੀ ਦੇ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਰਖਾਇਆ ਹੋਇਆ ਸੀ ਦਲੇਰ ਸਿੰਘ ਨੇ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਇਹ ਪਾਠ ਰਖਾਇਆ ਸੀ ਉਸ ਦੇ ਪਿੰਡ ਚੋਹਾਣਾ ਦੇ ਵਿੱਚ ਉਸ ਦੇ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਕਰਵਾਇਆ ਹੋਇਆ ਸੀ ਤੇ ਜਦੋਂ ਇੱਕ ਗ੍ਰੰਤੀ ਸਿੰਘ ਲੰਗਰ ਸ਼ੱਕਦਾ ਸੀ ਤਾਂ ਉਸ ਦੌਰਾਨ ਦਲੇਰ ਸਿੰਘ ਖੁਦ ਪਾਠ ਕਰਨ ਬੈਠ ਗਿਆ ਤੇ ਉਸਨੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਫਾੜ ਦਿੱਤਾ ਖੰਡਿਤ ਕਰ ਦਿੱਤਾ ਤੇ ਉਸ ਵੇਲੇ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਿਆ ਇਸ ਤੋਂ ਹਫ਼ਤਾ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿੰਡ ਵਿੱਚ ਕਿਸੇ ਹੋਰ ਦੇ ਘਰ ਗਿਆ ਅਖੰਡ ਪਾਠ ਸਾਹਿਬ ਲਈ ਲਿਜਾਇਆ ਗਿਆ ਤਾਂ ਉਦੋਂ ਗੁਰਦੁਆਰਾ ਕਮੇਟੀ ਨੂੰ ਪਤਾ ਲੱਗਿਆ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜੇ ਗਏ ਨੇ ਤੇ ਜਦੋਂ ਦਲੇਰ ਸਿੰਘ ਨੂੰ ਸ਼ੱਕ ਦੇ ਆਧਾਰ ਤੇ ਪੁੱਛਿਆ ਗਿਆ ਤਾਂ ਉਸਨੇ ਹਉਣ ਤੋਂ ਇਨਕਾਰ ਕਰ ਦਿੱਤਾ ਆਨਾ ਕਰਨੀ ਕਰਨ ਲੱਗਿਆ ਜਿਸ ਤੋਂ ਬਾਅਦ ਦੁਬਾਰਾ ਤੋਂ ਉਸ ਨੂੰ ਬੁਲਾਇਆ ਗਿਆ ਤੇ ਗੁਰਦੁਆਰਾ ਕਮੇਟੀ ਕੋਲ ਦਲੇਰ ਸਿੰਘ ਮੰਨ ਗਿਆ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਉਸ ਨੇ ਦੱਸਿਆ ਕਿ ਉਹ ਪਹਿਲਾਂ ਪਿੰਡ ਭੂਲਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰਦਾ ਸੀ ਪਰ ਉਸ ਦੀਆਂ ਆਦਤਾਂ ਸਹੀ ਨਾ ਹੋਣ ਕਰਕੇ ਕਮੇਟੀ ਦੇ ਵੱਲੋਂ ਉਸ ਨੂੰ ਪਾਠ ਕਰਨ ਤੋਂ ਹਟਾ ਦਿੱਤਾ ਗਿਆ ਸੀ ਤੇ ਉਹ ਇਸੇ ਦਾ ਬਦਲਾ ਲੈਣਾ ਚਾਹੁੰਦਾ ਸੀ ਦੱਸਦੀ ਕਿ ਦਲੇਰ ਸਿੰਘ ਪਿੰਡ ਭੂਲਪੁਰ ਛੱਡ ਕੇ ਚੋਹਾਣਾ ਚ ਰਹਿਣ ਲੱਗ ਪਿਆ ਤੇ ਉਸ ਨੇ ਹੀ ਇਹ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹਾਲਾਂਕਿ ਪੁਲਿਸ ਦੇ ਵੱਲੋਂ ਹੁਣ ਉਸ ਨੂੰ ਕਾਬੂ ਕਰ ਲਿਆ ਗਿਆ ਏ ਤੇ ਉਸ ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ ਪਰ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਦੱਸਦੀ ਹੈ ਕਿ ਟਾਂਡਾ ਦਾ ਪਿੰਡ ਹੈ ਭੂਲਪੁਰ ਜਿਸ ਥਾਂ ਤੋਂ ਗੁਰੂ ਗ੍ਰੰਥ ਸਾਹਿਬ ਲਜਾਏ ਗਏ ਸੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਪਵਿੱਤਰ ਸਰੂਪ ਦੀ ਬੇਅਦਬੀ ਕੀਤੀ ਹੈ ਪਾਵਨ ਸਰੂਪ ਦੇ 14 ਅੰਗ ਖੰਡਿਤ ਕੀਤੇ ਗਏ ਨੇ ਤੇ ਜੋ ਗ੍ਰੰਥੀ ਦੀ ਸੇਵਾ ਕਰਦਾ ਸੀ ਉਸ ਨੇ ਇਹ ਵੱੱਜਰ ਕ੍ਰਹਿਤ ਕੀਤੀ ਹੈ ਮਾੜੀ ਕਰਤੂਤ ਕੀਤੀ ਹੈ ਤੇ ਹੁਣ ਉਹ ਪੁੱਲ ਵਰਦੋ ਮੇਰਾ ਬਤਾ ਰਿਹਾ ਸੀ